ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰભાઈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੀ ਵੀ ਇਸ ਕਣਕ ਦਾ ਝਾੜ ਕਿੰਨਾ ਵੱਧ ਤੋਂ ਵੱਧ ਤੇ ਐਵਰੇਜ ਝਾੜ ਕਿੰਨਾ ਹੈ ਤੇ ਬਜਾਈ ਦਾ ਟਾਈਮ ਤੇ ਕਿੰਨੀ ਇਹਦੇ ਚ ਡੀ.ਪੀ ਪੈਂਦੀ ਹੈ ਜਦੋਂ ਆਪਾਂ ਬੀਜ ਦੇ ਕਿੱਲੇ ਚ ਤੇ ਆਪਾਂ ਅੱਜ ਸਾਰਾ ਕੁਝ ਦੱਸਾਂਗੇ ਤੁਹਾਨੂੰ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਜਿਵੇਂ ਕਣਕ ਦਾ ਹੁਣ ਸੀਜ਼ਨ ਚੱਲ ਪਿਆ 25 ਅਕਤੂਬਰ ਤੋਂ ਲੈ ਕੇ ਬਜਾਈ ਸ਼ੁਰੂ ਹੋ ਗਈ ਵਿੱਚ ਦੋ ਤਿੰਨ ਵੈਰੈਟੀਆਂ ਐ ਵੀ ਜਿਹੜੀਆਂ 25 ਅਕਤੂਬਰ ਤੋਂ ਬਜਾਈ ਸ਼ੁਰੂ ਹੋ ਜਾਂਦੀ ਐ ਤੇ ਜੇ ਆਪਾਂ ਬਹੁਤਾ ਝਾੜ ਪੂਰਾ ਲੈਣਾ ਤਾਂ ਤੇ ਇਹਦੇ ਚੋਂ ਇੱਕ ਜਿਆਦਾ ਮਸ਼ਹੂਰ ਆ ਥੋੜੀ ਜੀ ਪਿਛਲੇ ਸਾਲ ਜਿਵੇਂ ਡੀਬੀਡਬਲ 303 ਐ ਤੇ ਇਸ ਕਣਕ ਦੀ ਗੱਲ ਕਰੀਏ ਤਾਂ ਆਪਾਂ ਜੇ ਆਪਾਂ ਇਹਦਾ ਪੂਰਾ ਝਾੜ ਲੈਣਾ ਹੁਣ ਜਿਵੇਂ ਤੁਸੀਂ ਫੋਟੋ ਤੇ ਵੇਖਿਆ ਹੋ 97 ਕੁਆਂਟਲ ਪ੍ਰਤੀ ਹੈਕਟੇਅਰ ਭਾਈ ਜੀ ਇਹਦਾ ਜਿਹੜਾ ਵੱਧ ਤੋਂ ਵੱਧ ਝਾੜ ਹੈ ਨਾ 97 ਕੁਆਂਟਲ ਪ੍ਰਤੀ ਹੈਕਟੇਅਰ ਦਾ ਹੁਣ ਜੇ 97 ਕੁਆਂਟਲ ਪ੍ਰਤੀ ਹੈਕਟੇਅਰ ਨੂੰ ਤੁਸੀਂ ਮਣਾਚ ਕਰੋਗੇ ਤਾਂ 1 ਕਿੱਲੇ ਦਾ 97 ਮਣਾ ਜਾਂਦਾ ਹੁਣ ਆਪਣੀ ਸਮਝੋਂ ਬਾਹਰ ਇਹ ਆਪਾਂ 97 ਮਾਣ ਕਣਕ ਕਦੇ ਨਿਕਲ ਸਕਦੀ ਹੈ ਜਾਂ ਨਿਕਲੀ ਹੈ ਤੇ ਪਰ ਜਿਹੜਾ ਹੈਗਾ ਇਹਦਾ ਵੱਤ ਵੱਤ ਝਾੜ ਜਿਹੜਾ ਜਦੋਂ ਤੁਸੀਂ ਇਹਦੇ ਤੇ ਸਰਚ ਕਰੋਗੇ ਇਹਦੇ ਬਾਰੇ ਕੋ ਪੜ੍ਹੋਗੇ ਤਾਂ ਤੁਹਾਨੂੰ ਇਹੀ ਦਿਸੂਗਾ ਵੀ ਇਹਦਾ ਜਿਹੜਾ ਵੱਤ ਵੱਤ ਝਾੜ ਆ ਉਹ 97 ਕੁਇੰਟਲ ਹੈ। ਇਹ ਹੈਕਟੇਅਰ ਦਾ 2.5 ਕਿੱਲਿਆਂ ਦਾ 97 ਮਾਣ ਆ ਜਾਂਦਾ ਕਿੱਲੇ ਨੂੰ। ਹੁਣ ਜੇ ਆਪਾਂ ਇਹਦੇ ਐਵਰੇਜ ਦੀ ਝਾੜ ਕਰੀਏ ਜੇ ਐਵਰੇਜ ਝਾੜ ਦੀ ਗੱਲ ਕਰੀਏ ਤਾਂ ਆਪਾਂ ਉਹ ਵੀ ਆਪਾਂ ਤੁਹਾਨੂੰ ਦੱਸ ਦੇ ਜਿਹੜਾ ਐਵਰੇਜ ਝਾੜ ਹੈ ਇਹਦਾ 81 ਕੁਇੰਟਲ ਪ੍ਰਤੀ ਹੈਕਟੇਅਰ ਹੈ ਢਾਈਆਂ ਗਿੱਲਿਆਂ ਦਾ 81 ਮਾਨ ਕਿੱਲੇ ਦਾ ਤੇ ਇਹ ਐਵਰੇਜ ਝਾੜ ਹੈ ਵੀ ਇੰਨਾ ਝਾੜ ਦੇ ਸਕਦੀ ਹੈ ਤੇ ਬਾਕੀ ਇਹ ਤੇ ਜਿਹੜਾ ਪੱਕਣ ਦਾ ਟਾਈਮ ਹੈ ਇਹ ਲੈਂਦੀ ਹੈ 156 ਦਿਨ ਦੇ ਆਸ-ਪਾਸੇ ਲੈਂਦੀ ਹੈ ਇਹ ਕਿਤੇ ਘਟਵਾਦ ਹੋ ਸਕਦੇ ਆ ਕਈ ਵਰੀ ਵਾਹਣਾ ਦਾ ਫਰਕ ਹੁੰਦਾ ਤੇ ਹੌਲੇ ਭਾਰੇ ਵਾਹਣਾ ਦਾ ਫਰਕ ਹੁੰਦਾ ਰੇਤਲੇ ਵਾਹਣਾ ਦਾ ਫਰਕ ਹੁੰਦਾ ਤੇ ਉਵੇਂ ਕਰਕੇ ਕੋਈ ਦਿਨ ਬਾਅਦ ਘਟ ਲੈ ਸਕਦੀ ਹੈ ਤੇ ਬਾਕੀ 101 ਸੈਂਟੀਮੀਟਰ ਦਾ ਕੱਦ ਹੁੰਦਾ ਤੇ ਇਹਦਾ ਬੀਜਣ ਦਾ ਟਾਈਮ ਹੈ ਜਿਹੜਾ ਜੇ ਆਪਾਂ ਫੁੱਲ ਝਾੜ ਲੈਣਾ ਤਾਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਆਪਾਂ ਇਹਨੂੰ ਬੀਜ ਸਕਦੇ ਆ ਤੇ ਬੀਜੀ ਤਾਂ ਆਪਾਂ ਉਸ ਤੋਂ ਬਾਅਦ 25 ਨਵੰਬਰ ਤੱਕ ਬੀਜਣੇ ਆ ਤੇ ਪਰ ਜਿਹੜੀ ਕਣਕ ਇਹਨਾਂ 10 ਦਿਨਾਂ ਦੇ ਵਿੱਚ ਬੀਜੀ ਜਾਂਦੀ ਹੈ ਤੇ ਉਹਦਾ ਝਾੜ ਪੂਰਾ ਮੰਨਿਆ ਗਿਆ ਵੀ ਉਹ ਝਾੜ ਕਣਕ ਪੂਰਾ ਦਿੰਦੀ ਹੈ ਤੇ ਬਾਕੀ ਇਹਦੇ 'ਚ ਸਾਰਿਆਂ ਨਾਲ ਵੱਡਾ ਰੋਲ ਜਿਹੜਾ ਇੱਕ ਉਹ ਹੈ DAP ਦਾ ਡਾਈਮੋਨੀਆ ਜਿਹਨੂੰ ਆਪਾਂ ਡਾਇਆ ਕਹਿ ਦਿੰਨੇ ਇਹ ਇਹਨੂੰ ਘੱਟ ਤੋਂ ਘੱਟ 1.5 ਗੱਟਾ 75 ਕਿਲੋ ਤੋਂ ਘੱਟ ਡਾਈ ਜੇ ਆਪਾਂ ਪਾਉਨੇ ਆ ਤਾਂ ਫਿਰ ਇਹ ਮੰਨਿਆ ਜਾਂਦਾ ਵੀ ਝਾੜ ਪੂਰਾ ਨਹੀਂ ਦਿੰਦੀ ਜੇ ਆਪਾਂ ਇਹ ਕੰਮ ਕਰ ਸਕਦੇ ਆਂ ਵੈਸੇ ਡਾਈ ਦੀ ਸ਼ਾਰਟਸ ਚੱਲੀ ਜਾਂਦੀ ਐ ਹੁਣ ਕਈ ਏਰੀਆ ਚ ਡਾਈ ਨਹੀਂ ਮਿਲਦੀ ਤੇ ਕਿਤੇ ਵੀ ਨਹੀਂ ਮਿਲਦੀ ਹੁਣ ਸਟੇਟੀਆਂ ਚ ਮਿਲਦੀ ਐ ਜਿੱਥੇ ਮਿਲਦੀ ਐ ਤੇ ਸਟੇਟੀਆਂ ਚ ਪੂਰੀ ਨਹੀਂ ਆਉਂਦੀ ਤੇ ਡਾਈ ਆਪਾਂ ਨੂੰ ਗੱਟਾ-ਗੱਟਾ ਮਿਲ ਜਾ ਉਹ ਵੀ ਬਹੁਤ ਆ ਤੇ ਆਪਾਂ ਇਹਦੇ ਚ ਡੇਢ ਗੱਟਾ ਡਾਈ ਡਾਈ ਦਾ ਪਾ ਕੇ ਬੀਜਣਾ ਜਾਂ ਆਪਾਂ ਫੁੱਲ ਝਾੜ ਦੇਣਾ ਤੇ ਬਜਾਈਏ ਦੀ 25 ਅਕਤੂਬਰ ਤੋਂ ਲੈ ਕੇ ਤੇ 5 ਨਵੰਬਰ ਤੱਕ ਕਿਉਂਕਿ ਹੁਣ 5-4 ਦਿਨ ਲੰਘ ਗਏ ਤੇ ਆਹੀ ਰਹਿ ਗਿਆ ਹੁਣ ਤਿੰਨ-ਚਾਰ ਦਿਨ ਜੇ ਇਹਦੇ ਵਿੱਚ ਵਿੱਚ ਆਪਾਂ ਕਰ ਲੈਨੇ ਆ ਤਾਂ ਇਹਦਾ ਝਾੜ ਆਪਾਂ ਨੂੰ ਪੂਰਾ ਮਿਲ ਸਕਦਾ ਹੈ ਬਾਕੀ ਜਿਹੜੇ ਝਾੜ ਦੀ ਗੱਲ ਆਪਾਂ ਕਰਦੇ ਆ ਝਾੜਦਾ ਪ੍ਰਮਾਤਮਾ ਦੇ ਹੱਥ ਬੜਾ ਹੁੰਦਾ ਹੈ ਕਿਉਂਕਿ ਜੇ ਤਾਂ ਮੌਸਮ ਸਹੀ ਰਹਿੰਦਾ ਹੈ ਤਾਂ ਝਾੜ ਮੌਸਮ ਨੇ ਬਣਾਉਣਾ ਹੁੰਦਾ ਹੈ ਤੇ ਜੇ ਤਾਂ ਪੱਕਰ ਵੇਲੇ ਠੰਡ ਪੈ ਜੇ ਤਾਂ ਝਾੜ ਬਣ ਜਾਂਦਾ ਤੇ ਜੇ ਪੱਕਰ ਵੇਲੇ ਗਰਮੀ ਪੈ ਜੇ ਬਈ ਕਣਕ ਤੇ ਫਿਰ ਝਾੜ ਮਰ ਜਾਂਦੇ ਆ ਕਣਕ ਬਰੀਕ ਹੋ ਜਾਂਦੀ ਹੈ ਟਾਈਮ ਤੋਂ ਪਹਿਲਾਂ ਆ ਜਾਂਦੀ ਹੈ ਤੇ ਫਿਰ ਝਾੜ ਘਟ ਜਾਂਦੇ ਆ ਤੇ ਬਾਕੀ ਇਹ ਪੀਲੀ ਕੁੰਗੀ ਤੋਂ ਰਹਿਤ ਹੈ ਵੀ ਪੀਲੀ ਕੁੰਗੀਆਂ ਨੂੰ ਨਹੀਂ ਪੈਂਦੀ ਜਿਹੜਾ ਹਲਦੀ ਰੋਗ ਹੁੰਦਾ ਤੇ ਇਪੀਲੀ ਕੁੰਗੀ ਤੋਂ ਹੈਰਤ ਹੈ ਤੇ ਬਾਕੀ ਜਿਹੜਾ ਝਾੜ ਆਪਾਂ ਹੁਣ ਤੁਹਾਨੂੰ ਦੱਸਿਆ ਜਰੂਰੀ ਨਹੀਂ ਹੁੰਦਾ ਵੀ ਹੁਣ 97 ਮਾਣ ਕਿੱਲੇ ਦਾ ਨਿਕਲੂਗਾ ਹੀ ਬਾਕੀ ਮੌਸਮ ਤੇ ਨਿਰਭਰ ਹੁੰਦਾ 70 ਮਾਣ ਤੱਕ ਕਣਕਾ ਜਾਵੜਦੀ ਹੈ 70 ਮਾਣ ਤੱਕ ਤਾਂ ਕਣਕ 30 84 ਵੀ ਗਈ ਵੀ ਹੈ ਤੇ ਫਿਰ ਇਹਨੂੰ ਤਾਂ ਉਹ ਤੋਂ ਜ਼ਿਆਦਾ ਨਿਕਲਣਾ ਚਾਹੀਦਾ ਤੇ ਬਾਕੀ ਮੌਸਮ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿਸੇ ਵੀ ਫਸਲ ਦਾ ਝਾੜ ਮੌਸਮ ਤੇ ਹੁੰਦਾ ਆਪਣੇ ਹੱਥ 'ਚ ਕੁਝ ਨਹੀਂ ਹੁੰਦਾ ਆਪਾਂ ਸਾਂਭ ਸੰਭਾਲ ਕਰ ਸਕਦੇ ਹਾਂ ਤੇ ਟੈਂਸਰ ਉਹਦੇ ਵਿੱਚ ਕੋਈ ਉਹਦੀ ਸੇਵਾ ਕਰ ਸਕਦੇ ਆ ਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ